ਬਾਬਾ ਜੀ ਜਿਵੇਂ ਦੁਨੀਆਂ ਜਾਣਦੀ ਤੁਸੀਂ ਕਰਨੀ ਵਾਲੇ ਹੋ ਭਰਨੀ ਵਾਲੇ ਹੋ ਆਹ ਮੁੰਡੇ ਦੀਆਂ ਨੇ ਦੋ ਜਨਾਨੀਆਂ ਬਾਬਾ ਓ ਬਾਬਾ ਜੀ ਇੱਕ ਮਿੰਟ ਬੈਠਾ ਨਾ ਕਰੋ ਰਸ਼ ਨਾ ਕਰੋ ਦੇਖਦੇ ਚਲੋ ਨਿਕਲਦੇ ਚਲੋ ਪੜਦੇ ਚਲੋ ਕੱਲਾ ਕੱਲਾ ਦੱਸੋ ਕੀ ਬਾਬਾ ਜੀ ਬਾਬਾ ਜੀ ਦੱਸੋ ਆਹ ਮੁੰਡੇ ਦੀਆਂ ਬਾਬਾ ਜੀ ਦੋ ਜਨਾਨੀਆਂ ਨੇ ਇਹ ਦੀਆਂ ਹਾਂ ਜੀ ਤੇ ਇੱਥੇ 16-17 ਸਾਲ ਮੇਰੇ ਦੋ ਕੁੜੀਆਂ ਬਾਬਾ ਤੇਰੀ ਲੜਾਈ ਨਹੀਂ ਸੀ ਹੋਈ ਉਹ ਤੇਰੀਆਂ ਦੋ ਬੁੱਢੀਆਂ ਹਾਂ ਬਾਬਾ ਉਹ ਤੈਨੂੰ ਦਿਲੋਂ ਕੋਈ ਰੋਟੀ ਨਹੀਂ ਦਿੰਦਾ ਤੇ ਬੁੱਢੀਆਂ ਦੋ ਕਿੰਨੇ ਦੇਤੀਆਂ ਹੈ ਬਾਬਾ ਬਸ ਤੇਰੀ ਕਿਸਮਤ ਚ ਅਸੀਂ ਕੀ ਕਰਦੇ ਹੁਣ ਚਲ ਕੋਈ ਨਹੀਂ ਬਾਬਾ ਜੀ ਇਹ ਬੜਾ ਅਮੀਰ ਬਾਬਾ ਜੀ ਕੁਝ ਦੱਸੋ ਤੁਹਾਡੇ ਅਸਤੇ ਕੀ ਲੈ ਕੇ ਆਵਾਂ ਹੈ ਕੀ ਲੈ ਕੇ ਆਵਾਂ ਕੁਛ ਨਹੀਂ ਇਹੀ ਦੁਨੀਆਦਾਰ ਦੁਨੀਆ ਤੋਂ ਪਰੇ ਸਾਡਾ ਦੁਨੀਆ ਨਾਲ ਕੀ ਕੰਮ ਆ ਤੁਹਾਡਾ ਦੁਨੀਆ ਨਾਲ ਕੀ ਕੰਮ ਤੁਹਾਡਾ ਐਕਸਪ੍ਰੈਸ ਨਾਲ ਕੰਮ ਬੋਤਲ ਲਿਆ ਬਾਬਾ ਜੀ ਮੈਂ ਤੁਹਾਡੇ ਅਸਤੇ ਤੁਹਾਡੀ ਪਸੰਦੀਦਾ ਖੀਰ ਬਣਾਈਏ ਮੈਂ ਉਹ ਲੈ ਕੇ ਆਨੀ ਆ ਲੈ ਖੀਰ ਜਾ ਲੈ ਆ ਦੀ ਖੀਰ ਜਾ ਖੀਰ ਓ ਯਾਰ ਪਰੇ ਪਰੇ ਆ ਜਾਓ ਬਾਬਾ ਐਵੇਂ ਸਾਈਕਲ ਚੋਰ ਫੜਿਆ ਤੁਸੀਂ ਬਾਬਾ ਬੜਾ ਪਹੁੰਚਿਆ ਓ ਯਾਰ ਕਰੋ ਹਵਾ ਤੇ ਲੱਗਣ ਦਿਓ ਬਾਬੇ ਨੂੰ ਮੈਂ ਕਹਿੰਦਾ ਬਾਬਾ ਵੀ ਤੁਹਾਡੇ ਨਾਲ ਹੀ ਰਹਿਣਾ ਕੀ ਦੁੱਖ ਕੀ ਤੁਹਾਡਾ ਦੋ ਜਨਾਨੀਆਂ ਆਪੋ ਚ ਲੜਦੀਆਂ ਪਹਿਲੇ ਸਾਰੇ ਹਾਏ ਲੜਦੀਆਂ ਸਾਰੀ ਜ਼ਿੰਦਗੀ ਇਹਨਾਂ ਦੇ ਘਰ ਚ ਲੜਾਈ ਨਹੀਂ ਹੋਈ ਅੱਛਾ ਜੀ ਪਹਿਲੀ ਵਾਰੀ ਹੋਈ ਹਾਏ 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 ਓਏ ਜਾ ਬਲਾ ਜਨਾਨੀਆਂ ਬਾਬਾ ਜੀ ਆ ਜੇ ਬਾਬਾ ਜੀ ਉੱਠੋ ਬਾਬਾ ਜੀ ਬਾਬਾ ਜੀ ਬਾਬਾ ਜੀ ਅਸੀਂ ਬਹੁਤ ਪਰੇਸ਼ਾਨ ਆ ਬਾਬਾ ਜੀ ਬਾਬਾ ਜੀ ਸਾਡਾ ਕੁਝ ਕਰੋ ਤੁਹਾਡੀ ਤੁਹਾਡੀ ਬਾਬਾ ਲੱਗਦਾ ਦੁਬਈ ਚੱਲਾਂ ਗਰੁੱਪ ਲੈ ਕੇ ਬਾਬਾ ਆਜੋ ਜੀ ਆਜੋ ਬਾਬਾ ਜੀ ਬਾਬੇ ਨੂੰ ਗੱਲ ਤੱਕ ਪਹੁੰਚਣ ਦਿਓ ਬਾਬਾ ਜੀ ਗੱਲ ਤੱਕ ਪਹੁੰਚ ਰਹੇ ਨੇ ਦੁਨੀਆਂ ਦਾ ਤਨ ਪਰਾਵੇ ਬਾਬਲਾ ਕਿਸ ਲਾਂਚੀ ਦਾ ਵਿਆਹ ਇਹਦੇ ਨਾਲ ਕਰਾਇਆ ਵੇ ਬਾਬਲਾ ਬਾਬਾ ਜੀ ਇਹਨਾਂ ਦਾ ਇਲਾਜ ਕਰੋ ਲੜਦੀਆਂ ਨੇ ਨਹੀਂ ਕੁੜੀਓ ਹਾਂਜੀ ਤੁਹਾਡੀ ਭੈਣ ਦੇ ਵਿਆਹ ਦੇ ਚੌਲ ਖਾਵਾਂ ਮੈਂ ਸਮਝ ਗਿਆ ਜਾਦੂ ਹੋਇਆ ਟੂਣਾ ਹੋਇਆ ਵੀ ਜਾਦੂ ਟੂਣੇ ਹੋਏ ਨੇ ਸਾਡੇ ਤੇ ਵਰਨਾ ਤੁਹਾਨੂੰ ਤੇ ਦੀ ਆਦਤ ਪੈ ਗਈ ਸੀ ਕਾਲੇ ਦੀ ਇਹ ਤਾਂ ਦੋ ਦਿਨ ਇੱਧਰ ਉੱਧਰ ਹੋਵੇ ਤੁਹਾਡਾ ਨਸ਼ਾ ਟੁੱਟ ਜਾਂਦਾ ਹੈ ਓਏ ਅਸੀਂ ਸਮਝ ਗਏ ਅਸੀਂ ਮਰਸ ਤੱਕ ਪਹੁੰਚ ਗਏ ਤੁਹਾਡਾ ਕੰਮ ਹੋ ਜਾਏਗਾ ਤੁਹਾਡਾ ਕੰਮ ਬਾਬਾ ਜੀ ਬਸ ਜਲਦੀ ਕਰ ਕੰਮ ਬਾਬਾ ਇੱਥੇ ਹੀ ਹੁੰਦਾ ਓਏ ਮੁੰਡਿਆ ਨਹੀਂ ਸਾਡਾ ਦੁਨੀਆ ਨਾਲ ਕੀ ਤਲਕ ਹੈ ਤੂੰ ਸਮਝਦਾ ਕਿ ਅਸੀਂ ਕੁੜੀਆਂ ਨੂੰ ਸੀਨੇ ਨਾਲ ਲਾ ਰਹੇ ਅਸੀਂ ਇਹਨਾਂ ਦੀਆਂ ਬਲਾਵਾਂ ਖੋ ਰਹੇ ਆ ਦਿਓ ਨਾ ਆਪਣੀਆਂ ਬਲਾਵਾਂ ਦੋ ਬਾਬਾ ਜੀ ਜਲਦੀ ਬਾਬਾ ਜੀ ਆ ਵੀ ਬਲਾ ਇਹਨਾਂ ਦੀ ਆ ਕਿਹੜੀ ਕਿਹੜੀ ਇਹ ਦੇ ਓਏ ਤੁਹਾਡਾ ਕੰਮ ਹੋ ਜਾਏਗਾ ਤੁਹਾਡਾ ਕੰਮ ਜਾਨ ਮੰਗਦਾ ਜਾਨ ਮੰਗਦਾ ਜਾਨ ਮੰਗਦਾ ਬੱਕਰਾ ਦੇ ਦੇ ਬੱਕਰਾ ਬੱਕਰਾ ਬਾਬਾ ਬੱਕਰਾ ਮੈਂ ਕਲਰ ਕਰਾ ਬੱਕਰਾ ਮੈਂ ਕਿੱਥੋਂ ਲਿਆਵਾਂ ਬੱਕਰਾ ਨਹੀਂ ਦੇ ਸਕਦਾ ਬਾਬੇ ਬੱਕਰਾ ਨਹੀਂ ਦੇ ਸਕਦਾ ਮੈਂ ਨਹੀਂ ਨਾ ਨਾ ਬਾਬਾ ਜੀ ਅਸੀਂ ਪਹਿਲੇ ਪਰੇਸ਼ਾਨਾਂ ਤੋਂ ਪੈ ਹੋਏ ਲਈ ਬਸ ਬੱਕਰਾ ਨਹੀਂ ਦੇ ਸਕਦਾ ਜਾਂ ਫਿਰ ਬੱਕਰਾ ਨਹੀਂ ਦੇ ਸਕਦੇ ਕੰਮ ਤੁਹਾਡਾ ਹੋ ਜਾਏਗਾ ਇਸ ਤੋਂ ਬਾਅਦ ਤੁਹਾਡੇ ਘਰ ਚ ਲੜਾਈ ਨਹੀਂ ਹੋਏਗੀ ਇਹ ਬਾਬਿਆਂ ਦਾ ਬੋਲਾ ਅਸੀਂ ਚੱਲੇ ਆ ਪਰ ਤੁਹਾਡਾ ਕੰਮ ਜਾਨ ਮੰਗਦਾ ਜੇ ਆਓ ਚੱਲਿਓ ਚੱਲੀਏ ਇਹ ਬਾਬਾ ਇਹਦੀ ਧੌਣ ਲਾ ਕੇ ਸੁੱਟਦੀ ਏ ਜਾਨ ਮੰਗਦਾ ਨਾ ਮੁੰਡਿਆ ਹਾਂਜੀ ਤੂੰ 5 ਕੁ ਮਿੰਟ ਦੇ ਮੈਂ ਨਹਾਣਾ ਆਜ ਰਸਾ ਪਰ ਸੁਪੜ ਲਾ ਆਓ ਮਲੰਗੋ ਚੱਲੀਏ ਚਲੋ ਭਾਈ ਆਓ ਚੱਲੀਏ ਆਜੋ ਚੱਲੀਏ ਵੀ ਆਜੋ ਬਾਬਾ ਜੀ ਚਲੋ ਆਜੋ ਚਲੋ ਚਲੋ ਸੌ ਜਾਓ ਅੱਬੂ ਜੀ ਹਾਂ ਅੱਬਾ ਜੀ ਉੱਠੋ ਚਲੋ ਜਲਦੀ ਕਰੋ ਉੱਠ ਗਲਤੀ ਹੋ ਜਾਂਦੀ ਹੈ ਨਾ ਇਨਸਾਨ ਦੀ ਜੋ ਸਲਾਹ ਹੈ ਨਹੀਂ ਰਿਹਾ ਅੱਬਾ ਜੀ ਅੱਬਾ ਜੀ ਅੱਬਾ ਜੀ ਮਰ ਗਿਆ ਮੇਰੀ ਗੱਲ ਸੁਣ ਲਓ ਬੜੇ ਦਫਨਾਏ ਨੇ ਇਹਨੂੰ ਸਾੜਨਾ ਅਸੀਂ ਅਫਸੋਸ ਹੋਇਆ ਬਾਬਾ ਜੀ ਫੌਤ ਹੋ ਗਏ ਨੇ ਇੱਥੇ ਇੱਕ ਬਾਬਾ ਜੀ ਆਏ ਸੀ ਉਹਨਾਂ ਨੇ ਐਸਾ ਕੋਈ ਜਾਦੂ ਟੂਣਾ ਕੀਤਾ ਕਿ ਬਾਬਾ ਜੀ ਫੌਤ ਹੋ ਗਏ ਨੇ ਤੁਹਾਡਾ ਰਿਸ਼ਤਾ ਟੁੱਟ ਗਿਆ ਮੈਨੂੰ ਫੋਨ ਆਇਆ ਸੀ ਕਿ ਰਿਸ਼ਤਾ ਟੁੱਟ ਗਿਆ ਬਸ ਫੇਰ ਦੁਬਾਰਾ ਫਲਕੂ ਨੂੰ ਫੋਨ ਕੀਤਾ ਮੈਨੂੰ ਨਹੀਂ ਪਤਾ ਮੈਂ ਵਿਆਹ ਕਰਨਾ ਵਿਆਹ ਹੋਏਗਾ ਭਾਰਤਾਂ ਦੀ ਪਰੇਸ਼ਾਨੀ ਹੈ ਪਰੇਸ਼ਾਨੀ ਇੱਕ ਤੇ ਦੋ ਜਵਾਨ ਭੈਣਾਂ ਲੈ ਕੇ ਫਿਰਨ ਡਿਆ ਰਿਸ਼ਤਾ ਹੀ ਕੋਈ ਨਹੀਂ ਆ ਰਿਹਾ ਤੂੰ ਵੀ ਲੈ ਕੇ ਫਿਰੀ ਜਾਂਦਾ ਕਿਤੇ ਬਹਿ ਜਾ
ਨਹੀਂ ਵਿਆਹ ਹੋਇਆ ਤੇਰਾ? ਨਹੀਂ ਯਾਰ, ਮੈਂ ਥਾਪ ਲਾਇਆ ਪੁੱਤਰ, ਤੇਰੀਆਂ ਭੈਣਾਂ ਦੇ ਕਿਸੇ ਨੇ ਰਿਸ਼ਤੇ ਬੰਨੇ ਆ। ਹਾਂ ਉਸ ਮਾਰੇ ਯਾਰ, ਜੇ ਇਹੋ ਜੀ ਭੈਣਾਂ ਦੇ ਵਿਆਹ ਨਹੀਂ ਹੋਣ ਤੇ ਫਿਰ ਸਾਡੀ ਦਾ ਕਿੱਥੋਂ ਹੋਣਾ? ਖੂਨ ਦੇ ਛਿੱਟੇ ਪਏ ਨਾ ਇੱਥੇ, ਪੈ ਲੈਣਾ ਤੇਰੇ ਵੀ ਪੈ ਸੀ। ਉਹ ਮੇਰੇ ਟੱਕ ਲੱਗਾ ਹੀ, ਮੈਂ ਕੀਤਾ ਸੀ। ਵਾਰ ਹੋਇਆ ਤੁਹਾਡੇ ਤੇ, ਵਾਰ ਵਾਰ ਜਾਦੂ ਹੋ ਗਿਆ। ਐਸੇ ਨੇ ਮੇਰੀਆਂ ਭੈਣਾਂ ਦੇ ਰਿਸ਼ਤੇ ਲੱਗਦਾ ਬੰਨ ਦਿੱਤੇ। ਚਿੱਟੀਆਂ ਜਵਾਨ ਹੋ ਗਈਆਂ, ਅਗਰ ਨਸੀਬਾਂ ਵਾਲੀਆਂ ਹੁੰਦੀਆਂ ਇਹਨਾਂ ਦੇ ਛੇ ਛੇ ਬੱਚੇ ਹੋਣੇ ਸੀ। ਹੁਣ ਕੀ ਹੋ ਸਕਦਾ? ਬਾਬਾ ਮੇਰਾ ਇੱਕ ਬਾਬਾ ਵਾ। ਅੱਛਾ, ਤੈਨੂੰ ਬੁਲਾਉਣਾ ਬਾਬਾ ਤੇਰੇ ਤੇ, ਜਿਹੜਾ ਵੀ ਤੇਰੇ ਘਰ ਜਾਦੂ ਟੂਣਾ ਹੋਇਆ ਐਸਾ ਤਵੀਰ ਤੁਹਾਡਾ ਕਰੇਗਾ, ਬੱਚੀਆਂ ਦੇ ਰਿਸ਼ਤੇ ਹੋ ਜਾਣਗੇ। ਮਿਹਰਬਾਨੀ ਯਾਰ, ਕੋਈ ਐਸਾ ਕੰਮ ਕਰਵਾਓਗੇ ਮੇਰੀਆਂ ਭੈਣਾਂ ਦੇ ਰਿਸ਼ਤੇ ਜਲਦੀ ਜਲਦੀ ਹੋ ਜਾਣਗੇ। ਹੋ ਜਾਣਗੇ ਬੇਫਿਕਰ ਅੱਬਾ ਜੀ। ਹਾਂਜੀ ਕਰੋ ਬਾਬਾ ਜੀ, ਤੁਹਾਡੇ ਤੇ ਵਾਕਫ, ਤੇਰੇ ਨਾਲ ਤੇ ਜੂਆ ਖੇਡਦਾ ਰਿਹਾ ਬਾਬਾ। ਬਾਬਾ ਜੀ ਬੁਲਾਓ ਜਲਦੀ, ਮੈਂ ਇੱਥੇ ਖੇਡਦੇ ਨੇ, ਇੱਥੇ ਖੇਡਦੇ ਨੇ। ਉਹ ਚਾਹੇ ਸਨ ਉੱਤੇ। ਹਾਂਜੀ ਮੈਂ ਬਾਬਾ ਬੁਲਾ ਕੇ ਲਿਆਉਣਾ। ਬੈਠੋ, ਬੇਫਿਕਰ ਤੁਹਾਡਾ ਕੰਮ ਹੋ ਜਾਏਗਾ। ਮੁੰਡਾ ਇੱਕ ਹੈਗਾ ਮੇਰੀ ਨਜ਼ਰ 'ਚ, ਅੱਛਾ, ਲੇਕਿਨ ਨੇਕ ਬੜਾ, ਸਾਰੀ ਜ਼ਿੰਦਗੀ ਤੁਹਾਡੇ ਅੱਗੇ ਧੌਣ ਨਹੀਂ ਚੁੱਕੇਗਾ। ਅੱਛਾ, ਉਹਦਾ ਮਣਕਾ ਟੁੱਟਾ ਐ ਫਿਰਦਾ। ਤੁਸੀਂ ਐਨੇ ਕਮਜ਼ੋਰ ਕਿਉਂ? ਹਾਂ ਤੁਸੀਂ ਐਨੇ ਕਮਜ਼ੋਰ ਕਿਉਂ? ਮੇਰਾ ਵਿਆਹ ਹੋ ਗਿਆ ਨਾ। ਅਰੀਤਾ ਅਰੀਤਾ, ਸਦਕੇ ਬਾਬਾ ਜੀ, ਸਦਕੇ ਜਾਵਾਂ ਬਾਬਾ ਜੀ। ਬਾਬਾ ਜੀ ਕਾਕੀ 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 ਬਾਬਾ ਜੀ ਮੁਬਾਰਕ ਹੋਵੇ। ਖੈਰ ਨੂੰ ਅਰੇ ਇੱਕ ਦਾ ਤੇ ਹੋ ਗਿਆ। ਕਾਕੀ ਕਾਕੀ ਮੁੜ ਜਾ, ਤੂੰ ਬਾਬਾ ਉਠਾ ਕੇ ਰਹਿਣਾ ਸੁੱਤਾ ਹੈ ਬਾਬਾ। ਅਰੇ ਹੋ ਜਾ ਬਾਬੇ ਨੂੰ ਤੰਗ ਕਰ। ਬਾਬਾ ਜੀ ਜਾਨ ਦੀ ਅਮਾਨ ਪਾਵਾਂ ਤੇ ਗੱਲ ਪੁੱਛਾਂ। ਪੁੱਛੋ, ਇਹ ਤੁਹਾਡੇ ਤੋਂ ਪਹਿਲੇ ਇਹ ਨੱਚਦੇ ਹੀ ਆਉਂਦੇ ਆ, ਇਹ ਤੇਰੀਆਂ ਕੰਜਰੀਆਂ ਵਾ? ਨਹੀਂ ਓਏ, ਸਾਡੇ ਮਲੰਗ ਨੇ, ਬਹਿ ਠੀਕ ਕੁੜੀਏ। ਬਾਬਾ ਜੀ, ਬਾਬਾ ਜੀ, ਮੇਰੀਆਂ ਜਵਾਨ ਭੈਣਾਂ ਸਾਨੂੰ ਦੇ ਦੇ। ਹੈ ਅਸੀਂ ਵਿਆਹ ਦੇਣਗੇ ਤੇਰੀ। ਓ ਤੇਰਾ ਮਸਲਾ ਕਿ ਤੇਰੀਆਂ ਭੈਣਾਂ ਦੇ ਵਿਆਹ ਨਹੀਂ ਹੁੰਦੇ? ਇਹ ਬਾਬਾ ਕੀ ਕਹਿੰਦਾ ਬਾਰ ਬਾਰ? ਇਹ ਫਕੀਰ ਦੀ ਗੱਲ ਤੇਰੇ ਜ਼ਿਹਨ 'ਚ ਨਹੀਂ ਆਉਣੀ। ਅੱਛਾ, ਬਾਬਾ ਇਹਨਾਂ ਦੀ ਗੱਲ ਕੋ ਬੜੀ ਗਹਿਰੀ ਹੁੰਦੀ। ਕਰਨੀ ਵਾਲੇ, ਕਰਨੀ ਵਾਲੇ ਨੇ, ਕਰਨੀ ਵਾਲੇ। ਤੁਹਾਡੇ ਵਿਆਹ ਬੰਨੇ ਨੇ, ਤੁਹਾਡੇ ਵਿਆਹ ਬੰਨੇ। ਕੁੜੀਏ ਕੁੜੀਏ, ਉੱਠ ਉੱਠ ਕੇ ਘੁੰਮ ਕੇ ਵਿਖਾ, ਦੇਖ ਤੇਰਾ ਥੋੜਾ ਜਿਹਾ ਹੋਰ ਘੁੰਮ ਕੇ ਵਿਖਾ। ਆਹ ਹਾ, ਦੇਖ ਤੇਰਾ ਵਿਆਹ ਖੁੱਲਣ ਲੱਗਾ ਸੀ, ਤੂੰ ਹਲੇ ਨਹੀਂ ਹੈ। ਥੋੜਾ ਜਿਹਾ ਘੁੰਮ ਘੁੰਮ, ਆਹ ਆਹ ਇੱਧਰ ਸਾਡ, ਫਿਰ ਘੁੰਮ ਫਿਰ ਘੁੰਮ, ਆਹ ਆਹ। ਜਾਂ ਵਿਆਹ ਖੁੱਲੇਗਾ ਜਾਂ ਬਾਬੇ ਦਾ ਖੁੰਨਾ ਖੁੱਲੇਗਾ, ਖੁੱਲੇਗਾ ਖੁੱਲੇਗਾ ਤੇਰਾ ਵਿਆਹ। ਮੈਂ ਤੈਨੂੰ ਇੱਕ ਗੱਲ ਦੱਸਾਂ, ਤੇਰੀਆਂ ਭੈਣਾਂ ਦੇ ਵਿਆਹ ਹੋ ਜਾਣਗੇ। ਅੱਛਾ ਜੀ, ਬਾਬੇ ਦੇ ਮੇਲੇ ਤੇ ਨਾ ਆਪਣੀਆਂ ਭੈਣਾਂ ਦੇ ਦੋ ਦੋ ਆਈਟਮ ਸੌਂਗ ਰੱਖ, ਜਿੱਦਾਂ ਕਹਿੰਦਾ ਨਾ ਘੁੰਮ ਘੁੰਮ। ਓਏ ਨਹੀਂ ਓਏ, ਟੂਣੇ ਹੋਏ ਤੇ ਜਾਦੂ ਸੱਤ ਰਹੇ ਨੇ। ਕਿਸੇ ਤਰੀਕੇ ਨਾਲ ਮੇਰਾ ਵਿਆਹ ਕਰਾ ਦਿਓ, ਮੈਂ ਚਾਹੁੰਦੀ ਮੈਂ ਜਾਜ਼ਾ ਤੇ ਉੱਡਾਂ। ਹਾਏ ਜੀ, ਉੱਡੇਂਗੀ ਵੀ ਤੂੰ, ਉੱਡੇਂਗੀ ਜਿੱਧਰ ਬਾਬਿਆਂ ਨੂੰ ਟਾਈਮ ਮਿਲ ਗਿਆ, ਬਾਬੇ ਤੈਨੂੰ ਉਡਾਣਗੇ। ਬਾਬਾ ਮੇਰਾ ਵੀ ਵਿਆਹ ਕਰਵਾ ਦੇ। ਕਾਕੀ ਮੈਂ ਇੱਕ ਦੀ ਸੁਣ ਲਾ, ਫਿਰ ਦੂਜੇ ਦੀ ਸੁਣ ਲਾਂਗਾ।